ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡੀ ਕਿਸਮਤ ਦਾ ਲਿਖਿਆ ਹੋਇਆ, ਸਾਡੇ ਭਾਗਾਂ ਦਾ ਲਿਖਿਆ ਹੋਇਆ ਕੋਈ ਮਿਟਾ ਨਹੀਂ ਸਕਦਾ। ਕੋਈ ਸਾਡੇ ਬਾਰੇ ਜਿੰਨਾ ਮਰਜ਼ੀ ਮਾੜਾ ਸੋਚੀ ਜਾਵੇ, ਸਾਡਾ ਮਾੜਾ ਕਰਨ ਦੀ ਕੋਸ਼ਿਸ਼ ਕਰੇ, ਸਾਡੇ ਰਸਤੇ ਦੇ ਵਿੱਚ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕਰੇ, ਸਾਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਜੋ ਮਾਲਕ ਨੇ ਸਾਡੀ ਕਿਸਮਤ ਦੇ ਵਿੱਚ ਲਿਖ ਦਿੱਤਾ ਹੈ ਨਾ, ਉਹ ਲਿਖ ਦਿੱਤਾ, ਉਹ ਮਿਲ ਕੇ ਰਹੇਗਾ। ਸਾਨੂੰ ਸਾਡੇ ਕਰਮਾਂ ਦਾ ਫਲ ਮਿਲ ਕੇ ਹੀ ਰਹਿੰਦਾ ਹੈ। ਕਰਮ ਆਪਣੇ ਆਪ ਹੀ ਬੰਦੇ ਨੂੰ ਉਸ ਥਾਂ ਤੇ ਲੈ ਜਾਂਦੇ ਨੇ, ਉਸ ਬੰਦੇ ਦੇ ਨਾਲ ਮਿਲਾ ਦਿੰਦੇ ਨੇ ਜਿੱਥੇ ਸਾਡਾ ਕੋਈ ਹਿਸਾਬ ਕਿਤਾਬ ਹੋਣਾ ਹੋਵੇ। ਭਾਵ ਕਿ ਕਿਸਮਤ ਦਾ ਲਿਖਿਆ, ਭਾਗਾਂ ਦਾ ਲਿਖਿਆ ਬੰਦੇ ਨੂੰ ਮਿਲ ਕੇ ਰਹਿੰਦਾ ਹੈ। ਇੱਥੇ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਵੀ ਆਪਣੇ ਭਾਗ ਆਪਣੀ ਕਿਸਮਤ ਬਦਲਣ ਦਾ ਇੱਕ ਚਾਂਸ ਸਾਡੇ ਕੋਲ ਹੈ। ਵੀ ਜੇ ਮੰਨ ਲਓ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ, ਰੋਗ, ਕਸ਼ਟ ਆ ਗਿਆ ਹੈ, ਭਾਵ ਕਿ ਸਾਡੇ ਭਾਗਾਂ ਦੇ ਵਿੱਚ ਕੋਈ ਦੁੱਖ ਲਿਖਿਆ ਹੈ, ਤਾਂ ਆਪਾਂ ਉਸ ਦੁੱਖ ਨੂੰ ਮਿਟਾਉਣ ਦੇ ਲਈ, ਉਸ ਮਾੜੇ ਲੇਖ ਨੂੰ ਮਿਟਾਉਣ ਦੇ ਲਈ ਆਪਣੇ ਲਈ ਕੋਸ਼ਿਸ਼ ਕਰ ਸਕਦੇ ਹਾਂ। ਜਿਵੇਂ ਭਜਨ ਬੰਦਗੀ ਕਰਕੇ, ਨੇਕ ਕੰਮ ਕਰਕੇ, ਮਿਹਨਤ ਕਰਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰ ਸਕਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਤਰਸ ਕਰੋ, ਸਾਡੇ 'ਤੇ ਮਿਹਰ ਕਰੋ, ਮੇਰੀ ਜ਼ਿੰਦਗੀ ਦੇ ਵਿੱਚ ਆਇਆ ਹੋਇਆ ਇਹ ਦੁੱਖ, ਰੋਗ, ਕਸ਼ਟ ਕੱਟ ਦਿਉ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੇਕਰ ਤਰਸ ਦੇ ਘਰ ਦੇ ਵਿੱਚ ਆ ਜਾਣ, ਬਖਸ਼ਿਸ਼ ਦੇ ਖਾਤੇ ਖੋਲ੍ਹ ਦੇਣ, ਤਾਂ ਸਾਡੀ ਜ਼ਿੰਦਗੀ ਦੇ ਇਹ ਕਸ਼ਟ, ਦੁੱਖ, ਰੋਗ ਕੱਟ ਵੀ ਸਕਦੇ ਨੇ, ਭਾਵ ਕਿ ਸਾਡੇ ਮਾੜੇ ਲੇਖ ਮਿਟ ਸਕਦੇ ਨੇ। ਪਰ ਜੇ ਆਪਾਂ ਚਾਹੀਏ ਨਾ ਵੀ ਕਿਸੇ ਹੋਰ ਦੀ ਕਿਸਮਤ, ਕਿਸੇ ਹੋਰ ਦੇ ਭਾਗ ਆਪਾਂ ਬਦਲਵਾ ਸਕਦੇ ਹਾਂ, ਤਾਂ ਇਹ ਸਾਡਾ ਭੁਲੇਖਾ ਹੈ। ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਜੋ ਦੂਜਿਆਂ ਦੇ ਰਸਤੇ ਦੀਆਂ ਰੁਕਾਵਟਾਂ ਬਣਦੇ ਨੇ, ਦੂਜੇ ਦੇ ਰਾਹ ਦੇ ਰੋੜੇ ਬਣਦੇ ਆ ਨਾ, ਉਹ ਖੁਦ ਠੋਕਰਾਂ ਜੋਗੇ ਰਹਿ ਜਾਂਦੇ ਆ। ਭਾਵ ਕਿ ਜੋ ਮਨੁੱਖ ਕਿਸੇ ਦੂਸਰੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਰੱਖਦਾ ਹੈ, ਕਿਸੇ ਦੇ ਪ੍ਰਤੀ ਗੁੱਸਾ ਰੱਖਦਾ ਹੈ, ਨਫ਼ਰਤ ਰੱਖਦਾ ਹੈ, ਤਾਂ ਉਹ ਈਰਖਾ, ਗੁੱਸੇ, ਨਫ਼ਰਤ ਨੇ ਉਹਦਾ ਕੁਝ ਨਹੀਂ ਵਿਗਾੜਨਾ। ਤੁਸੀਂ ਜਿੰਨਾ ਮਰਜ਼ੀ ਕਿਸੇ ਦਾ ਮਾੜਾ ਸੋਚੀ ਜਾਓ, ਮਾੜਾ ਕਰੀ ਜਾਓ, ਤੁਹਾਡੇ ਸੋਚਿਆਂ, ਤੁਹਾਡੇ ਕੀਤਿਆਂ ਉਹਦਾ ਮਾੜਾ ਨਹੀਂ ਹੋਣਾ। ਇਹ ਚੀਜ਼ਾਂ ਸਾਡਾ ਖੁਦ ਦਾ ਨੁਕਸਾਨ ਕਰਦੀਆਂ ਨੇ, ਕਿਉਂਕਿ ਈਰਖਾ ਵੱਸ ਪਿਆ ਹੋਇਆ ਇਨਸਾਨ ਕਦੇ ਵੀ ਆਪਣੇ ਲਈ ਕੁਝ ਵੀ ਨਹੀਂ ਕਰ ਪਾਉਂਦਾ। ਉਹ ਆਪਣੇ ਤਨ, ਮਨ, ਧਨ ਦੇ ਪੱਖੋਂ ਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ ਹੈ। ਤਨ ਨੂੰ ਕਈ ਤਰ੍ਹਾਂ ਦੇ ਦੁੱਖ, ਰੋਗ ਲੱਗ ਜਾਂਦੇ ਆ, ਮਨ ਵੀ ਕਾਲਾ ਪਿਆ ਰਹਿੰਦਾ, ਉਦਾਸੀ, ਪਰੇਸ਼ਾਨੀ ਵਿੱਚ ਰਹਿੰਦਾ, ਅਤੇ ਕਾਰੋਬਾਰ ਦੇ ਵਿੱਚ ਵੀ ਘਾਟੇ। ਇਸ ਕਰਕੇ ਇਹ ਚੀਜ਼ਾਂ ਤੋਂ ਦੂਰ ਰਹਿਣਾ ਹੈ, ਕਿਉਂਕਿ ਜਿਹਨੂੰ ਜੋ ਮਿਲ ਰਿਹਾ ਹੈ ਆਪਣੀ ਕਿਸਮਤ ਦਾ, ਆਪਣੇ ਭਾਗਾਂ ਦਾ ਮਿਲ ਰਿਹਾ ਹੈ, ਸਾਡਾ ਕੋਈ ਕੁਝ ਨਹੀਂ ਖਾ ਰਿਹਾ, ਤਾਂ ਫਿਰ ਅਸੀਂ ਕਿਸੇ ਦੇ ਨਾਲ ਈਰਖਾ ਕਿਉਂ ਕਰਨੀ, ਕਿਸੇ ਦੇ ਪ੍ਰਤੀ ਮਨ ਦੇ ਵਿੱਚ ਮਾੜੇ ਦੀ ਭਾਵਨਾ ਕਿਉਂ ਲਿਆਉਣੀ। ਇੱਦਾਂ ਹੀ ਨਾ, ਇੱਥੇ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਹ ਕਹਾਣੀ ਦੀਆਂ ਘਟਨਾਵਾਂ, ਪਾਤਰਾਂ ਵੱਲ ਨਹੀਂ ਜਾਣਾ, ਇਸ ਕਹਾਣੀ ਦੀ ਸਿੱਖਿਆ ਵੱਲ ਧਿਆਨ ਦੇਣਾ ਹੈ, ਕਿਉਂਕਿ ਸਮਝਾਉਣ ਦੇ ਲਈ ਇਹ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਕਹਾਣੀ ਨੂੰ ਸੁਣ ਕੇ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ। ਇੱਦਾਂ ਹੀ ਕਹਿੰਦੇ, ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਬੜਾ ਗਰੀਬ ਜਿਹਾ ਪਰਿਵਾਰ ਰਹਿੰਦਾ ਸੀ। ਮਿਹਨਤ ਮਜ਼ਦੂਰੀ ਕਰਕੇ ਮਸਾਂ ਹੀ ਦੋ ਵਕਤ ਦੀ ਰੋਟੀ ਉਹ ਆਪਣੇ ਲਈ ਕਮਾ ਪਾਉਂਦੇ। ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਤਾਂ ਦੋਵੇਂ ਪਤੀ ਪਤਨੀ ਬੜੇ ਖੁਸ਼ ਹੋਏ ਕਿ ਪਰਮਾਤਮਾ ਨੇ ਸਾਡੀ ਸੁਣ ਲਈ, ਸਾਨੂੰ ਪੁੱਤਰ ਦੀ ਦਾਤ ਬਖਸ਼ੀ ਆ। ਕਹਿੰਦੇ ਉਹ ਪੁੱਤਰ ਕੁਝ ਕੁ ਦਿਨਾਂ ਦਾ ਹੋਇਆ, ਤਾਂ ਇੱਕ ਦਿਨ ਉਹਨਾਂ ਦੇ ਦਰਵਾਜ਼ੇ 'ਤੇ ਇੱਕ ਸੰਤ ਮਹਾਤਮਾ ਜੀ ਆਏ।
ਉਹਨਾਂ ਨੇ ਆ ਕੇ ਘਰ ਦਾ ਦਰਵਾਜ਼ਾ ਖੜਕਾਇਆ, ਕੁਝ ਖਾਣ ਨੂੰ ਮੰਗਿਆ। ਕਹਿੰਦੇ ਘਰ ਦੇ ਵਿੱਚ ਖਾਣ ਨੂੰ ਜੋ ਵੀ ਰੁੱਖਾ ਮਿੱਸਾ ਸੀ ਨਾ, ਉਹ ਪਤੀ ਪਤਨੀ ਨੇ ਉਸ ਸਾਧੂ ਮਹਾਤਮਾ ਜੀ ਨੂੰ ਛਕਾਇਆ। ਸਾਧੂ ਮਹਾਤਮਾ ਜੀ ਜਦੋਂ ਤੁਰਨ ਲੱਗੇ ਤਾਂ ਇਹ ਪਤੀ ਪਤਨੀ ਨੂੰ ਬੜੀਆਂ ਅਸੀਸਾਂ ਦਿੱਤੀਆਂ, ਬੜੀਆਂ ਦੁਆਵਾਂ ਦਿੱਤੀਆਂ। ਇਹ ਪਤੀ ਪਤਨੀ ਨੇ ਕਿਹਾ, ਮਹਾਤਮਾ ਜੀ ਸਾਡੇ ਪੁੱਤਰ ਨੂੰ ਵੀ ਕੋਈ ਅਸੀਸ ਦੇ ਕੇ ਜਾਓ। ਸਾਡੀ ਕੁਝ ਦਿਨ ਪਹਿਲਾਂ ਹੀ ਪਰਮਾਤਮਾ ਨੇ ਸੁਣੀ ਆ, ਸਾਡੇ ਘਰ ਇੱਕ ਪੁੱਤਰ ਨੇ ਜਨਮ ਲਿਆ ਏ, ਤੁਸੀਂ ਇਹਨੂੰ ਵੀ ਕੋਈ ਅਸੀਸ ਦੇ ਕੇ ਜਾਓ। ਕਹਿੰਦੇ ਮਹਾਤਮਾ ਨੇ ਕਿਹਾ ਵੀ ਜਾਓ ਆਪਣਾ ਪੁੱਤਰ ਲੈ ਕੇ ਆਓ। ਕਹਿੰਦੇ ਜਦੋਂ ਪੁੱਤਰ ਨੂੰ ਗੋਦੀ ਦੇ ਵਿੱਚ ਚੁੱਕ ਕੇ ਉਹਦੀ ਮਾਂ ਸਾਧੂ ਜੀ ਦੇ ਕੋਲ ਲੈ ਕੇ ਆਈ ਤਾਂ ਸਾਧੂ ਜੀ ਨੇ ਪੁੱਤਰ ਨੂੰ ਦੇਖਦਿਆਂ ਸਾਰ ਕਿਹਾ ਵੀ ਇਹ ਤੁਹਾਡਾ ਪੁੱਤਰ ਤਾਂ ਬੜਾ ਕਰਮਾਂ ਵਾਲਾ ਹੈ, ਭਾਗਾਂ ਵਾਲਾ, ਇਹਦੀ ਕਿਸਮਤ ਦੇ ਵਿੱਚ ਤਾਂ ਰਾਜ ਯੋਗ ਲਿਖਿਆ ਹੈ, ਇਹ ਤਾਂ ਇਸ ਰਾਜ ਦਾ ਰਾਜਾ ਬਣੇਗਾ। ਕਹਿੰਦੇ ਦੋਵੇਂ ਪਤੀ ਪਤਨੀ ਬੜੇ ਹੈਰਾਨ ਹੋਏ, ਕਹਿਣ ਲੱਗੇ ਸੰਤ ਜੀ ਇਹ ਕਿਹੋ ਜਿਹੇ ਸੁਪਨੇ ਦਿਖਾ ਰਹੇ ਹੋ, ਸਾਡੀ ਤਾਂ ਦੋ ਵਕਤ ਦੀ ਰੋਟੀ ਮਸਾਂ ਪੱਕਦੀ ਆ, ਇਹ ਰਾਜਾ ਕਿੱਥੋਂ ਬਣ ਜਾਵੇਗਾ, ਗਰੀਬ ਦੇ ਘਰ ਪੈਦਾ ਹੋਇਆ ਹੈ, ਇਹਦੇ ਲੇਖ ਇਹਦੀ ਕਿਸਮਤ ਇੰਨੀ ਚੰਗੀ ਕਿੱਥੋਂ। ਤਾਂ ਮਹਾਤਮਾ ਜੀ ਨੇ ਕਿਹਾ ਨਹੀਂ ਪੁੱਤਰ, ਇਹ ਰਾਜ ਭਾਗ ਇਹਦੇ ਕਰਮਾਂ ਦੇ ਵਿੱਚ ਲਿਖਿਆ ਹੈ, ਜੇ ਨਹੀਂ ਯਕੀਨ ਤਾਂ ਇਹਦੀ ਬਾਂਹ ਦੇ ਉੱਤੋਂ ਕੱਪੜਾ ਹਟਾਓ। ਕੱਪੜਾ ਹਟਾਇਆ ਤਾਂ ਉੱਥੇ ਇੱਕ ਨਿਸ਼ਾਨ ਸੀ। ਮਹਾਤਮਾ ਜੀ ਨੇ ਕਿਹਾ ਸ਼ਾਇਦ ਤੁਹਾਨੂੰ ਨਹੀਂ ਪਤਾ ਇਹ ਨਿਸ਼ਾਨ ਰਾਜੇ ਮਹਾਰਾਜਿਆਂ ਦੇ ਸਰੀਰ 'ਤੇ ਹੁੰਦੇ ਨੇ, ਇਹ ਨਿਸ਼ਾਨੀ ਦੱਸਦੀ ਹੈ ਕਿ ਤੁਹਾਡਾ ਪੁੱਤਰ ਇਸ ਦੇਸ਼ ਦਾ ਰਾਜਾ ਬਣੇਗਾ। ਉਹ ਪਤੀ ਪਤਨੀ ਕਹਿਣ ਲੱਗੇ ਵੀ ਬਾਬਾ ਜੀ ਇਹ ਰਾਜਾ ਕਿੰਝ ਬਣ ਸਕਦਾ ਹੈ, ਤਾਂ ਕਹਿੰਦੇ ਉਹ ਮਹਾਤਮਾ ਜੀ ਕਹਿਣ ਲੱਗੇ ਇਸ ਦੇਸ਼ ਦੇ ਰਾਜੇ ਦੀ ਧੀ ਦੇ ਨਾਲ ਇਹਦਾ ਵਿਆਹ ਹੋਵੇਗਾ। ਕਹਿੰਦੇ ਸੰਤ ਮਹਾਤਮਾ ਜੀ ਉਹਦੇ ਆਉਣ ਵਾਲੇ ਕੱਲ੍ਹ ਬਾਰੇ ਇਹ ਭਵਿੱਖਬਾਣੀ ਕਰਕੇ ਉੱਥੋਂ ਚਲੇ ਗਏ। ਹੌਲੀ ਹੌਲੀ ਗੱਲ ਸਾਰੇ ਨਗਰ ਦੇ ਵਿੱਚ ਫੈਲ ਗਈ, ਸਾਰੇ ਨਗਰ ਵਾਸੀ ਪਿੰਡ ਵਾਸੀ ਇਹਦੇ ਪੁੱਤਰ ਨੂੰ ਦੇਖਣ ਆਉਣ ਲੱਗੇ ਵੀ ਸੁਣਿਆ ਇਹਦਾ ਪੁੱਤਰ ਵੱਡਾ ਹੋ ਕੇ ਰਾਜਾ ਬਣੇਗਾ, ਇਹਦੀ ਕਿਸਮਤ ਦੇ ਵਿੱਚ ਰਾਜ ਭਾਗ ਲਿਖਿਆ ਹੈ। ਕਹਿੰਦੇ ਜਿਹੜਾ ਸੁਣੇ ਇਹਦੇ ਘਰ ਵੱਲ ਤੁਰਿਆ ਆਵੇ। ਕਹਿੰਦੇ ਉਸੇ ਹੀ ਦਿਨ ਰੱਬੋਂ ਹੀ ਉਸ ਦੇਸ਼ ਦਾ ਰਾਜਾ ਸ਼ਿਕਾਰ ਖੇਡਦਿਆਂ ਖੇਡਦਿਆਂ ਜੰਗਲ ਦੇ ਵਿੱਚ ਭਟਕ ਗਿਆ, ਉਹਨੂੰ ਇਹ ਪਿੰਡ ਦਿਸਿਆ ਤਾਂ ਪਿੰਡ ਦੇ ਵਿੱਚ ਪਾਣੀ ਪੀਣ ਦੇ ਇਰਾਦੇ ਦੇ ਨਾਲ ਆਇਆ। ਜਦੋਂ ਦੇਖਿਆ ਵੀ ਕੁਝ ਲੋਕ ਇੱਕੇ ਪਾਸੇ ਨੂੰ ਹੀ ਜਾ ਰਹੇ ਨੇ ਤਾਂ ਉਹਨੇ ਪੁੱਛਿਆ ਵੀ ਤੁਹਾਡੇ ਪਿੰਡ ਵਿੱਚ ਕੋਈ ਮੇਲਾ ਲੱਗਾ ਹੈ, ਕੋਈ ਗੱਲ ਹੋਈ ਆ ਕਿ ਸਾਰੇ ਲੋਕ ਇੱਕੋ ਪਾਸੇ ਨੂੰ ਭੱਜ ਰਹੇ ਨੇ? ਤਾਂ ਕਿਸੇ ਨੇ ਦੱਸਿਆ ਕਿ ਭਾਈ ਕੁਝ ਦਿਨ ਪਹਿਲਾਂ ਇੱਕ ਬੱਚੇ ਨੇ ਜਨਮ ਲਿਆ ਹੈ, ਇੱਕ ਸਾਧੂ ਮਹਾਤਮਾ ਜੀ ਕਹਿ ਕੇ ਗਏ ਨੇ ਵੀ ਉਹ ਬੱਚਾ ਵੱਡਾ ਹੋ ਕੇ ਇਸ ਦੇਸ਼ ਦਾ ਰਾਜਾ ਬਣੇਗਾ, ਗਰੀਬ ਦੇ ਘਰ ਜਨਮ ਲਿਆ ਹੈ, ਪਰ ਕਹਿੰਦੇ ਉਹਦੀ ਕਿਸਮਤ ਦੇ ਵਿੱਚ ਰਾਜੇ ਦੀ ਧੀ ਦੇ ਨਾਲ ਵਿਆਹ ਲਿਖਾਉਣਾ ਲਿਖਿਆ ਹੈ, ਤਾਂ ਉਹਨੂੰ ਦੇਖਣ ਚੱਲੇ ਆ। ਕਹਿੰਦੇ ਇਹ ਗੱਲ ਸੁਣ ਕੇ ਰਾਜੇ ਨੂੰ ਬਹੁਤ ਗੁੱਸਾ ਆਇਆ। ਰਾਜੇ ਨੇ ਕਿਹਾ ਵੀ ਇਹ ਗੱਲ ਤੁਹਾਨੂੰ ਕਿੰਨੇ ਕਹੀ ਆ? ਕਹਿੰਦੇ ਇੱਕ ਮਹਾਤਮਾ ਜੀ ਕਹਿ ਕੇ ਗਏ ਨੇ, ਉਹ ਮਹਾਤਮਾ ਜੰਗਲ ਦੇ ਵਿੱਚ ਰਹਿੰਦੇ ਨੇ। ਕਹਿੰਦੇ ਉਹ ਰਾਜੇ ਨੇ ਮਹਾਤਮਾ ਦੀ ਭਾਲ ਕੀਤੀ ਹੈ ਅਤੇ ਉਸ ਮਹਾਤਮਾ ਨੂੰ ਕਿਹਾ ਵੀ ਕੀ ਤੁਸੀਂ ਜੋ ਮੂੰਹ ਦੇ ਵਿੱਚ ਆਉਂਦਾ ਹੈ ਉਹੀ ਗੱਲਾਂ ਕਰਦੇ ਫਿਰਦੇ ਹੋ, ਤੁਸੀਂ ਨਾਲ ਦੇ ਪਿੰਡ ਦੇ ਵਿੱਚ ਕੀ ਕਹਿ ਕੇ ਆਏ ਹੋ? ਉਹ ਗਰੀਬ ਦਾ ਪੁੱਤਰ ਰਾਜੇ ਦੀ ਧੀ ਦੇ ਨਾਲ ਵਿਆਹ ਕਰਾਵੇਗਾ, ਇਹ ਕਦੇ ਨਹੀਂ ਹੋ ਸਕਦਾ, ਕਿਉਂਕਿ ਮੈਂ ਹੀ ਇਸ ਦੇਸ਼ ਦਾ ਰਾਜਾ ਹਾਂ ਅਤੇ ਮੈਂ ਆਪਣੀ ਧੀ ਦੇ ਲਈ ਕਿਸੇ ਦੂਸਰੇ ਦੇਸ਼ ਦਾ ਰਾਜਕੁਮਾਰ ਲੱਭਾਂਗਾ, ਮੈਂ ਇਸ ਗਰੀਬ ਦੇ ਘਰ ਦੇ ਵਿੱਚ ਆਪਣੀ ਧੀ ਨਹੀਂ ਵਿਆਹਾਂਗਾ। ਸਾਧੂ ਮਹਾਤਮਾ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰਾਜਾ ਜੀ ਮੈਂ ਆਪਣੇ ਵੱਲੋਂ ਕੁਝ ਨਹੀਂ ਕਿਹਾ, ਮੈਂ ਤਾਂ ਉਹਦੇ ਭਾਗਾਂ ਦੇ ਵਿੱਚ ਜੋ ਲਿਖਿਆ ਮੈਂ ਉਹ ਦੱਸਿਆ ਹੈ, ਤੁਸੀਂ ਉਹਦੇ ਭਾਗ ਉਹਦੇ ਲੇਖ ਬਦਲ ਨਹੀਂ ਸਕਦੇ। ਪਰ ਕਹਿੰਦੇ ਰਾਜਾ ਰਾਜਾ ਸੀ ਨਾ, ਇਸ ਕਰਕੇ ਸਾਧੂ ਨੂੰ ਚੈਲੰਜ ਕਰ ਦਿੱਤਾ ਕਿ ਆ ਦੇਖਦਾ ਹਾਂ ਇਹਦੇ ਭਾਗਾਂ ਦਾ ਲਿਖਿਆ ਇਹਨੂੰ ਕਿੰਜ ਮਿਲਦਾ ਹੈ, ਮੈਂ ਬਦਲਾਂਗਾ ਇਹਦਾ ਭਾਗ ਇਹਦੀ ਕਿਸਮਤ। ਕਹਿੰਦੇ ਗੁੱਸੇ ਦੇ ਵਿੱਚ ਰਾਜਾ ਉੱਥੋਂ ਚਲਿਆ ਗਿਆ। ਪਰ ਜਦੋਂ ਦਾ ਰਾਜੇ ਨੇ ਇਹ ਗੱਲ ਸੁਣੀ ਰਾਜੇ ਨੂੰ ਇੱਕ ਪਲ ਦੇ ਲਈ ਚੈਨ ਨਹੀਂ ਆਇਆ, ਰਾਤ ਨੂੰ ਨੀਂਦ ਨਹੀਂ ਆਈ। ਸਵੇਰ ਹੁੰਦਿਆਂ ਸਾਰ ਭੇਸ ਬਦਲ ਕੇ ਰਾਜਾ ਉਸ ਪਿੰਡ ਦੇ ਵਿੱਚ ਗਿਆ, ਉਸ ਬੱਚੇ ਨੂੰ ਉੱਥੋਂ ਚੁੱਕ ਲਿਆ ਅਤੇ ਮਨ ਵਿੱਚ ਸੋਚਿਆ ਵੀ ਇਹਨੂੰ ਨਦੀ ਦੇ ਵਿੱਚ ਸੁੱਟ ਦਿੰਦਾ, ਮਰ ਮੁੱਕ ਜਾਵੇਗਾ ਤਾਂ ਚਲੋ ਸਾਰਾ ਰੌਲਾ ਹੀ ਖਤਮ ਹੋ ਜਾਵੇਗਾ।
ਪਰ ਕਹਿੰਦੇ ਜਦੋਂ ਬੱਚੇ ਨੂੰ ਨਦੀ ਵਿੱਚ ਸੁੱਟਣ ਲੱਗਾ ਤਾਂ ਉਹ ਬੱਚੇ ਦਾ ਮਾਸੂਮ ਜਿਹਾ ਚਿਹਰਾ ਦੇਖ ਕੇ ਇਹਦਾ ਹੌਸਲਾ ਨਹੀਂ ਪਿਆ ਕਿ ਸਿੱਧਾ ਹੀ ਪਾਣੀ ਦੇ ਵਿੱਚ ਸੁੱਟ ਦੇਵੇ। ਕਹਿੰਦੇ ਇਹਨੇ ਬਕਸੇ ਦੇ ਵਿੱਚ ਉਹ ਬੱਚੇ ਨੂੰ ਪਾਇਆ ਅਤੇ ਨਦੀ ਦੇ ਵਿੱਚ ਵਗਾ ਦਿੱਤਾ। ਮਨ ਵਿੱਚ ਸੋਚਿਆ ਵੀ ਆਪੇ ਕਿਤੇ ਨਾ ਕਿਤੇ ਜਾ ਕੇ ਬਕਸਾ ਖੁੱਲ੍ਹੇਗਾ ਤਾਂ ਇਹ ਬੱਚਾ ਮਰ ਜਾਵੇਗਾ ਜਾਂ ਫਿਰ ਬਕਸੇ ਦੇ ਵਿੱਚ ਹੀ ਸਾਹ ਨਾ ਆਉਣ ਕਰਕੇ ਮਰ ਜਾਵੇਗਾ। ਪਰ ਕਹਿੰਦੇ ਨਾ ਵੀ ਜਿਹਨੂੰ ਰੱਖਣ ਵਾਲਾ ਪਰਮਾਤਮਾ ਹੋਵੇ ਉਹਨੂੰ ਕੋਈ ਨਹੀਂ ਮਾਰ ਸਕਦਾ। ਕਹਿੰਦੇ ਜਦੋਂ ਹੀ ਇਹਨੇ ਉਹ ਬਕਸਾ ਨਦੀ ਦੇ ਵਿੱਚ ਵਹਾਇਆ ਤਾਂ ਕੁਝ ਦੂਰੀ ਤੇ ਇੱਕ ਸੇਠ ਅਤੇ ਸਠਾਣੀ ਲੰਘ ਰਹੇ ਸਨ। ਉਹਨਾਂ ਦਾ ਧਿਆਨ ਨਦੀ ਦੇ ਵਿੱਚ ਬਕਸੇ ਤੇ ਪਿਆ ਤਾਂ ਉਹਨਾਂ ਨੇ ਉਹ ਬਕਸਾ ਕੱਢ ਲਿਆ। ਬਕਸੇ ਨੂੰ ਖੋਲਿਆ ਤਾਂ ਵਿੱਚੋਂ ਬੱਚਾ। ਸੇਠ ਸਠਾਣੀ ਬੜੇ ਖੁਸ਼ ਹੋਏ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਧਨ ਦੌਲਤ ਤਾਂ ਬਹੁਤ ਸੀ ਪਰ ਘਰ ਔਲਾਦ ਨਹੀਂ ਸੀ, ਇਸ ਕਰਕੇ ਬੜੇ ਦੁਖੀ ਪਰੇਸ਼ਾਨ ਰਹਿੰਦੇ ਸੀ। ਕਹਿੰਦੇ ਉਹਨਾਂ ਨੇ ਤਾਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਪਰਮਾਤਮਾ ਤੁਸੀਂ ਤਾਂ ਪਲਿਆ ਪਲਾਇਆ ਬੱਚਾ ਦੇ ਦਿੱਤਾ। ਕਹਿੰਦੇ ਮਾਲਕ ਦਾ ਸ਼ੁਕਰਾਨਾ ਕੀਤਾ ਅਤੇ ਬੱਚੇ ਨੂੰ ਘਰ ਲੈ ਗਏ। ਘਰ ਲਿਜਾ ਕੇ ਬੱਚੇ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਕੇ ਪਾਲਿਆ। ਬੜਾ ਵਧੀਆ ਉਹਦਾ ਪਾਲਣ ਪੋਸ਼ਣ ਕੀਤਾ, ਚੰਗੀ ਪੜ੍ਹਾਈ ਲਿਖਾਈ ਕਰਵਾਈ। ਕਹਿੰਦੇ ਦਿਨ ਮਹੀਨੇ ਸਾਲ ਬੀਤ ਗਏ, ਬੱਚਾ ਬਹੁਤ ਸੋਹਣਾ ਗੱਭਰੂ ਜਵਾਨ ਨਿਕਲਿਆ। ਕਹਿੰਦੇ ਇੱਕ ਦਿਨ ਉਹ ਆਪਣੇ ਗੁਰੂ ਜੀ ਦੇ ਕੋਲੋਂ ਆਪਣੇ ਟੀਚਰ ਕੋਲੋਂ ਕੁਝ ਪੜ੍ਹ ਰਿਹਾ ਸੀ, ਆਪਣੇ ਟੀਚਰ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਅਤੇ ਕਹਿੰਦੇ ਰੱਬੋਂ ਹੀ ਉਹ ਰਾਜਾ ਉਸ ਪਿੰਡ ਦੇ ਵਿੱਚ ਆਪਣੇ ਕਿਸੇ ਬਹੁਤ ਜ਼ਰੂਰੀ ਕੰਮ ਦੇ ਲਈ ਆ ਕੇ ਠਹਿਰਿਆ ਹੋਇਆ ਸੀ। ਤਾਂ ਕਹਿੰਦੇ ਉਹ ਰਾਜਾ ਜਦੋਂ ਕੋਲ ਦੀ ਲੰਘਿਆ ਤਾਂ ਉਹ ਬੱਚੇ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ। ਇੱਕ ਤਾਂ ਬੱਚਾ ਬੁੱਧੀਮਾਨ ਬਹੁਤ, ਕਿਉਂਕਿ ਸਵਾਲਾਂ ਦੇ ਜਵਾਬ ਬੜੀ ਤੇਜ਼ੀ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਦੇ ਰਿਹਾ ਸੀ, ਦੂਸਰਾ ਸੋਹਣਾ ਬੜਾ ਅਤੇ ਤੀਸਰਾ ਉਹਦੀ ਬੋਲਬਾਣੀ ਬਹੁਤ ਸੋਹਣੀ। ਰਾਜਾ ਬੜਾ ਪ੍ਰਭਾਵਿਤ ਹੋਇਆ ਅਤੇ ਕੋਲ ਆ ਕੇ ਉਸ ਲੜਕੇ ਨੂੰ ਉਹਦਾ ਨਾਮ ਪੁੱਛਿਆ, ਉਹਦਾ ਘਰ ਬਾਹਰ ਪੁੱਛਿਆ, ਪਿਤਾ ਦਾ ਨਾਮ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਮੈਂ ਇਸੇ ਹੀ ਪਿੰਡ ਦਾ ਨੌਜਵਾਨ ਹਾਂ। ਕਹਿੰਦੇ ਗੱਲਾਂ ਕਰਦਿਆਂ ਕਰਦਿਆਂ ਰਾਜੇ ਦਾ ਧਿਆਨ ਉਹ ਲੜਕੇ ਦੀ ਉਸ ਬਾਂਹ ਦੇ ਨਿਸ਼ਾਨ 'ਤੇ ਪੈ ਗਿਆ ਤਾਂ ਕਹਿੰਦੇ ਰਾਜੇ ਦਾ ਮਨ ਉਸੇ ਵੇਲੇ ਬੇਚੈਨ ਹੋ ਗਿਆ। ਉਹਨੂੰ ਲੱਗਾ ਵੀ ਜਿਵੇਂ ਇਹ ਉਹੀ ਬੱਚਾ ਹੋਵੇ। ਪਰ ਬੱਚੇ ਨੇ ਕਿਹਾ ਵੀ ਮੈਂ ਤਾਂ ਇਹ ਸ਼ਾਹੂਕਾਰ ਦਾ ਪੁੱਤਰ ਹਾਂ। ਕਹਿੰਦੇ ਰਾਜੇ ਨੇ ਇਹ ਲੜਕੇ ਨੂੰ ਕਿਹਾ ਮੈਂ ਤੇਰੇ ਮਾਂ ਬਾਪ ਨਾਲ ਮਿਲਣਾ ਚਾਹੁੰਦਾ ਹਾਂ। ਜਦੋਂ ਮਾਂ ਬਾਪ ਨੂੰ ਮਿਲਿਆ ਤਾਂ ਪਤਾ ਲੱਗਾ ਵੀ ਇਹ ਬੱਚਾ ਇਹਨਾਂ ਦਾ ਨਹੀਂ ਆ, ਨਦੀ ਦੇ ਵਿੱਚੋਂ ਮਿਲਿਆ ਹੈ। ਤਾਂ ਰਾਜਾ ਝੱਟ ਸਮਝ ਗਿਆ ਕਿ ਇਹ ਤਾਂ ਉਹੀ ਬੱਚਾ ਹੈ, ਇਹ ਬਚ ਗਿਆ। ਕਹਿੰਦੇ ਰਾਜੇ ਨੇ ਉੱਥੇ ਹੀ ਖੜ੍ਹੇ ਨੇ ਸੋਚ ਲਿਆ ਵੀ ਬਚਪਨ ਵਿੱਚ ਬਚ ਗਿਆ ਸੀ ਪਰ ਹੁਣ ਨਹੀਂ ਬਚੇਗਾ। ਰਾਜੇ ਨੇ ਸੋਚਿਆ ਵੀ ਮੈਂ ਤਾਂ ਆਪਣੇ ਕੰਮ ਨੂੰ ਛੱਡ ਕੇ ਇੱਥੋਂ ਜਾ ਨਹੀਂ ਸਕਦਾ ਅਤੇ ਇਹਦੇ ਪਿੰਡ ਦੇ ਵਿੱਚ ਇਹਨੂੰ ਮਾਰਨਾ ਮੁਸ਼ਕਲ ਆ, ਕਿਤੇ ਕਿਸੇ ਨੂੰ ਪਤਾ ਹੀ ਨਾ ਲੱਗ ਜਾਵੇ। ਇਸ ਕਰਕੇ ਰਾਜੇ ਨੇ ਬੜੀ ਚਲਾਕੀ ਦੇ ਨਾਲ ਇਹਦੇ ਮਾਤਾ ਪਿਤਾ ਨੂੰ ਕਿਹਾ ਕਿ ਮੈਂ ਤੁਹਾਡੇ ਬੱਚੇ ਨੂੰ ਰਾਜਮਹਿਲ ਦੇ ਵਿੱਚ ਨੌਕਰੀ ਦੇਣਾ ਚਾਹੁੰਦਾ ਹਾਂ, ਇਸ ਕਰਕੇ ਕੱਲ੍ਹ ਨੂੰ ਮੈਂ ਇੱਕ ਚਿੱਠੀ ਦੇ ਰਾਹੀਂ ਤੁਹਾਡਾ ਲੜਕਾ ਰਾਜਮਹਿਲ ਦੇ ਵਿੱਚ ਭੇਜਾਂਗਾ, ਉੱਥੇ ਮੇਰੀ ਮਹਾਰਾਣੀ ਇਹਨੂੰ ਨੌਕਰੀ 'ਤੇ ਰੱਖ ਲਵੇਗੀ। ਕਹਿੰਦੇ ਮਾਤਾ ਪਿਤਾ ਬੜੇ ਖੁਸ਼ ਹੋਏ ਵੀ ਸਾਡੇ ਪੁੱਤਰ ਨੂੰ ਤਾਂ ਰਾਜੇ ਦੇ ਦਰਬਾਰ ਵਿੱਚ ਨੌਕਰੀ ਮਿਲਣ ਲੱਗੀ ਆ। ਪਰ ਕਹਿੰਦੇ ਰਾਜੇ ਨੇ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਸੀ ਕਿ ਮਹਾਰਾਣੀ ਜਦੋਂ ਹੀ ਇਹ ਨੌਜਵਾਨ ਤੁਹਾਡੇ ਕੋਲ ਪਹੁੰਚੇ ਇਹਨੂੰ ਨਾਲ ਦੀ ਨਾਲ ਮੌਤ ਦੇ ਘਾਟ ਉਤਾਰ ਦੇਣਾ ਹੈ। ਪਰ ਕਹਿੰਦੇ ਜਿਹਨੂੰ ਰੱਖਣ ਵਾਲਾ ਪਰਮਾਤਮਾ ਇੰਨੇ ਚਿਰ ਦਾ ਰੱਖਿਆ ਉਹਨੂੰ ਅੱਜ ਇਹ ਰਾਜਾ ਕਿੰਜ ਮਾਰ ਸਕਦਾ ਸੀ। ਕਹਿੰਦੇ ਇਹ ਲੜਕਾ ਚਿੱਠੀ ਲੈ ਕੇ ਰਾਜਮਹਿਲ ਨੂੰ ਰਵਾਨਾ ਹੋ ਗਿਆ। ਰਸਤੇ ਦੇ ਵਿੱਚ ਇਹਨੂੰ ਕੁਝ ਡਾਕੂਆਂ ਨੇ ਘੇਰ ਲਿਆ। ਉਹਨਾਂ ਨੇ ਕਿਹਾ ਵੀ ਜੋ ਵੀ ਤੇਰੇ ਕੋਲ ਹੈ ਕੱਢ ਦੇ। ਤਾਂ ਇਹ ਲੜਕੇ ਨੇ ਕਿਹਾ ਵੀ ਭਾਈ ਮੇਰੇ ਕੋਲ ਕੁਝ ਨਹੀਂ ਆ, ਮੈਂ ਤਾਂ ਰਾਜਮਹਿਲ ਦੇ ਵਿੱਚ ਨੌਕਰੀ ਕਰਨ ਦੇ ਲਈ ਚੱਲਿਆ, ਮੇਰੀ ਜੇਬ ਦੇ ਵਿੱਚ ਤਾਂ ਸਿਰਫ ਇਹ ਰਾਜੇ ਦੀ ਚਿੱਠੀ ਆ। ਉਹਨਾਂ ਨੇ ਕਿਹਾ ਚਿੱਠੀ ਦੇ ਵਿੱਚ ਕੀ ਲਿਖਿਆ ਹੈ? ਤਾਂ ਉਹ ਲੜਕੇ ਨੇ ਕਿਹਾ ਵੀ ਰਾਜਾ ਜੀ ਨੇ ਇਹ ਚਿੱਠੀ ਮੈਨੂੰ ਪੜ੍ਹਨ ਤੋਂ ਮਨ੍ਹਾ ਕੀਤੀ ਆ, ਇਹ ਕਿਸੇ ਦੀ ਇਮਾਨਤ ਆ, ਮੈਂ ਇਹਨੂੰ ਨਹੀਂ ਪੜ੍ਹ ਸਕਦਾ।
ਪਰ ਕਹਿੰਦੇ ਡਾਕੂਆਂ ਨੇ ਉਹ ਚਿੱਠੀ ਖੋਲ੍ਹ ਕੇ ਪੜ੍ਹ ਲਈ। ਉਹਦੇ ਵਿੱਚ ਸਾਫ ਸਾਫ ਲਿਖਿਆ ਸੀ ਕਿ ਮਹਾਰਾਣੀ ਜਦੋਂ ਵੀ ਇਹ ਲੜਕਾ ਤੁਹਾਡੇ ਕੋਲ ਆਵੇ ਆਉਂਦਿਆਂ ਸਾਰੇ ਨੂੰ ਮੌਤ ਦੇ ਘਾਟ ਉਤਾਰ ਦੇਣਾ। ਤਾਂ ਕਹਿੰਦੇ ਉਹ ਡਾਕੂਆਂ ਨੂੰ ਚੋਰਾਂ ਨੂੰ ਇਹਦੇ 'ਤੇ ਬੜਾ ਤਰਸ ਆਇਆ ਕਿ ਇਹ ਬੱਚਾ ਕਿੰਨਾ ਸੋਹਣਾ ਜਵਾਨ ਆ, ਕਿੰਨਾ ਇਮਾਨਦਾਰ ਆ, ਅਤੇ ਰਾਜਾ ਇਹਦੇ ਨਾਲ ਆਹ ਸਲੂਕ ਕਰਨ ਲੱਗਾ ਏ। ਕਹਿੰਦੇ ਉਹ ਡਾਕੂਆਂ ਦੇ ਸਰਦਾਰ ਨੇ ਚਿੱਠੀ ਬਦਲ ਦਿੱਤੀ, ਰਾਜੇ ਨੂੰ ਸਬਕ ਸਿਖਾਉਣ ਦੇ ਲਈ ਚਿੱਠੀ ਦੇ ਵਿੱਚ ਲਿਖ ਦਿੱਤਾ ਕਿ ਮਹਾਰਾਣੀ ਜਦੋਂ ਵੀ ਇਹ ਲੜਕਾ ਤੁਹਾਡੇ ਕੋਲ ਪਹੁੰਚਿਆ ਤਾਂ ਤੁਰੰਤ ਹੀ ਰਾਜਕੁਮਾਰੀ ਦਾ ਵਿਆਹ ਇਹਦੇ ਨਾਲ ਕਰ ਦਿਓ, ਕਿਉਂਕਿ ਇਹ ਬਹੁਤ ਬੁੱਧੀਮਾਨ, ਬੜਾ ਸੋਹਣਾ ਜਵਾਨ ਬੱਚਾ ਹੈ, ਕਿ ਇਹ ਸ਼ੁਭ ਮੂਰਤ ਆ। ਜੇ ਇਹਦੇ ਵਿੱਚ ਇਹਦੇ ਸਾਡੀ ਧੀ ਨਾਲ ਵਿਆਹ ਹੋ ਗਿਆ ਤਾਂ ਸਾਡੀ ਧੀ ਸਾਰੀ ਉਮਰ ਰਾਜ ਕਰੇਗੀ, ਤਾਂ ਜਦੋਂ ਵੀ ਇਹ ਲੜਕਾ ਤੁਹਾਡੇ ਕੋਲ ਪਹੁੰਚੇ ਤੁਰੰਤ ਇਹਦਾ ਵਿਆਹ ਕਰ ਦਿਓ, ਜੇ ਮੈਨੂੰ ਨਾ ਉਡੀਕਿਓ, ਕਿਉਂਕਿ ਮੈਨੂੰ ਕੰਮ ਦੇ ਲਈ ਅਜੇ ਕਾਫੀ ਦਿਨ ਇੱਥੇ ਲੱਗ ਜਾਣੇ ਆ। ਕਹਿੰਦੇ ਜਦੋਂ ਉਹ ਲੜਕਾ ਉਹ ਚਿੱਠੀ ਲੈ ਕੇ ਰਾਣੀ ਕੋਲ ਪਹੁੰਚਿਆ, ਰਾਣੀ ਨੇ ਚਿੱਠੀ ਪੜ੍ਹੀ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਰਾਜੇ ਤੋਂ ਬਿਨਾਂ ਆਪਣੀ ਬੇਟੀ ਦਾ ਵਿਆਹ ਇਹਦੇ ਨਾਲ ਕਰਨਾ ਪਿਆ, ਕਿਉਂਕਿ ਰਾਜੇ ਦਾ ਹੁਕਮ ਸੀ। ਕਹਿੰਦੇ ਜਦੋਂ ਰਾਜਾ ਆਇਆ, ਰਾਜੇ ਨੂੰ ਪਤਾ ਲੱਗਾ ਤਾਂ ਰਾਜਾ ਤਾਂ ਬਹੁਤ ਗੁੱਸੇ ਦੇ ਵਿੱਚ ਆਇਆ, ਰਾਣੀ ਨੂੰ ਪੁੱਛਿਆ ਕਿ ਤੂੰ ਆਹ ਕੀ ਕਰ ਦਿੱਤਾ, ਤੂੰ ਇਸ ਲੜਕੇ ਦੇ ਨਾਲ ਇਹਦਾ ਵਿਆਹ ਕਿਉਂ ਕੀਤਾ, ਮੈਂ ਤਾਂ ਤੈਨੂੰ ਇਹਨੂੰ ਮਾਰਨ ਨੂੰ ਕਿਹਾ ਸੀ। ਤਾਂ ਮਹਾਰਾਣੀ ਨੇ ਕਿਹਾ ਵੀ ਰਾਜਾ ਜੀ, ਮੈਂ ਤਾਂ ਉਹੀ ਕੀਤਾ ਜੋ ਤੁਸੀਂ ਚਿੱਠੀ ਵਿੱਚ ਲਿਖ ਕੇ ਭੇਜਿਆ। ਰਾਜੇ ਨੇ ਕਿਹਾ ਵੀ ਮੂਰਖੇ, ਮੈਂ ਚਿੱਠੀ ਵਿੱਚ ਇਹ ਥੋੜ੍ਹੀ ਲਿਖਿਆ ਸੀ ਕਿ ਇਹਦਾ ਧੀ ਨਾਲ ਵਿਆਹ ਕਰ ਦੇਵੀ, ਮੈਂ ਤਾਂ ਇਹਨੂੰ ਮਾਰਨ ਨੂੰ ਲਿਖਿਆ ਸੀ। ਰਾਣੀ ਨੇ ਚਿੱਠੀ ਕੱਢ ਕੇ ਫੜਾਈ ਤਾਂ ਉਹਦੇ ਵਿੱਚ ਸਾਫ਼ ਸਾਫ਼ ਲਿਖਿਆ ਸੀ ਕਿ ਜਦੋਂ ਹੀ ਇਹ ਲੜਕਾ ਤੁਹਾਡੇ ਕੋਲ ਪਹੁੰਚੇ ਤਾਂ ਤੁਰੰਤ ਹੀ ਇਹਦਾ ਰਾਜਕੁਮਾਰੀ ਦੇ ਨਾਲ ਵਿਆਹ ਕਰ ਦਿੱਤਾ ਜਾਵੇ। ਰਾਜਾ ਚਿੱਠੀ ਨੂੰ ਪੜ੍ਹ ਕੇ ਸਿਰ ਫੜ ਕੇ ਬੈਠ ਗਿਆ। ਉਨੀ ਦੇਰ ਤੱਕ ਉਹ ਮਹਾਤਮਾ ਜੀ ਵੀ ਰਾਜਮਹਿਲ ਦੇ ਵਿੱਚ ਪਹੁੰਚ ਗਏ, ਕਿਉਂਕਿ ਮਹਾਤਮਾ ਨੂੰ ਵੀ ਖਬਰ ਲੱਗ ਚੁੱਕੀ ਸੀ ਕਿ ਵਿਧੀ ਦਾ ਵਿਧਾਨ ਸੱਚ ਹੋ ਚੁੱਕਿਆ ਹੈ। ਕਹਿੰਦੇ ਉਹ ਮਹਾਤਮਾ ਨੇ ਰਾਜੇ ਨੂੰ ਆ ਕੇ ਪੁੱਛਿਆ ਵੀ ਰਾਜਾ ਜੀ, ਤੁਸੀਂ ਮੈਨੂੰ ਪਛਾਣਿਆ? ਤਾਂ ਉਹਨੇ ਕਿਹਾ ਨਹੀਂ ਮਹਾਤਮਾ ਜੀ, ਮੈਂ ਤੁਹਾਨੂੰ ਨਹੀਂ ਪਛਾਣਿਆ। ਮਹਾਤਮਾ ਨੇ ਸਾਰੀ ਗੱਲਬਾਤ ਯਾਦ ਕਰਾਈ ਵੀ ਰਾਜਾ, ਤੂੰ ਕਹਿੰਦਾ ਸੀ ਮੈਂ ਇਹ ਲੜਕੇ ਦੇ ਕਰਮ ਮਿਟਾ ਕੇ ਰਵਾਂਗਾ, ਹੁਣ ਦੱਸ। ਕਰਮਾਂ ਦਾ ਲਿਖਿਆ ਕੋਈ ਨਹੀਂ ਮਿਟਾ ਸਕਦਾ। ਕਹਿੰਦੇ ਹੁਣ ਰਾਜਾ ਵੀ ਇਸ ਗੱਲ ਨੂੰ ਸਮਝ ਚੁੱਕਿਆ ਸੀ, ਇਸ ਕਰਕੇ ਆਪਣੇ ਧੀ ਦੇ ਪਤੀ ਦੇ ਰੂਪ ਵਿੱਚ, ਆਪਣੇ ਜਵਾਈ ਦੇ ਰੂਪ ਦੇ ਵਿੱਚ ਸਵੀਕਾਰ ਕਰਨ ਤੋਂ ਇਲਾਵਾ ਰਾਜੇ ਦੇ ਕੋਲ ਹੋਰ ਕੋਈ ਦੂਸਰਾ ਰਸਤਾ ਨਹੀਂ ਸੀ। ਇਸ ਕਰਕੇ ਉਹਨੇ ਆਪਣੇ ਇਹ ਜਵਾਈ ਨੂੰ ਸਵੀਕਾਰ ਕੀਤਾ। ਇਕਲੌਤੀ ਧੀ ਸੀ, ਇਸ ਕਰਕੇ ਜੋ ਵੀ ਰਾਜ ਭਾਗ ਸੀ ਧੀ ਦਾ ਸੀ, ਧੀ ਕਰਕੇ ਇਹ ਜਵਾਈ ਨੂੰ ਮਿਲ ਗਿਆ। ਕਹਿੰਦੇ ਰਾਜੇ ਨੇ ਸਾਰੀ ਗੱਲਬਾਤ ਆਪਣੇ ਜਵਾਈ ਨੂੰ ਦੱਸੀ, ਉਹ ਲੜਕੇ ਨੂੰ ਦੱਸੀ ਵੀ ਕਿਸ ਤਰ੍ਹਾਂ ਮੈਂ ਤੈਨੂੰ ਕਿਹੜੇ ਪਿੰਡ ਦੇ ਵਿੱਚੋਂ ਚੁੱਕ ਕੇ ਲੈ ਕੇ ਆਇਆ ਸੀ। ਇਸ ਤਰੀਕੇ ਦੇ ਨਾਲ ਖੁਦ ਹੀ ਰਾਜਾ ਆਪਣੇ ਜਵਾਈ ਨੂੰ ਉਹਦੇ ਅਸਲੀ ਮਾਤਾ ਪਿਤਾ ਦੇ ਨਾਲ ਮਿਲਾਉਣ ਲੈ ਕੇ ਗਿਆ। ਸੋ ਸੰਗਤ ਜੀ, ਇਹ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇਹ ਸੀ ਕਿ ਕਿਸਮਤ ਦਾ ਲਿਖਿਆ, ਭਾਗਾਂ ਦਾ ਲਿਖਿਆ ਕੋਈ ਟਾਲ ਨਹੀਂ ਸਕਦਾ, ਕੋਈ ਮਿਟਾ ਨਹੀਂ ਸਕਦਾ। ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਪਰ ਜੇਕਰ ਵਿੱਚੋਂ ਕੋਈ ਵੀ ਚੀਜ਼ ਤੁਹਾਨੂੰ ਨਾ ਚੰਗੀ ਲੱਗੀ ਹੋਵੇ, ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ, ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ। ਕਿਉਂਕਿ ਸੰਗਤ ਜੀ, ਵੀਡੀਓ ਦੇ ਵਿੱਚ ਜੋ ਵੀ ਆਪਾਂ ਕਹਾਣੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ, ਕਹਾਣੀਆਂ ਭਾਵੇਂ ਕਾਲਪਨਿਕ ਨੇ, ਪਰ ਕਹਾਣੀ ਸੁਣਾਉਣ ਦਾ ਮਕਸਦ ਇਹ ਹੁੰਦਾ ਕਿ ਆਪਾਂ ਇਹਦੇ ਤੋਂ ਚੰਗੀ ਸਿੱਖਿਆ ਲੈ ਸਕੀਏ। ਤਾਂ ਅੱਜ ਦੀ ਕਹਾਣੀ ਦਾ ਮੁੱਖ ਮਕਸਦ ਇਹ ਆ ਕਿ ਕਦੇ ਵੀ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ। ਜਿਹਨੂੰ ਜੋ ਮਿਲ ਰਿਹਾ ਹੈ ਉਹਦੀ ਕਿਸਮਤ ਦਾ, ਉਹਦੇ ਭਾਗਾਂ ਦਾ ਲਿਖਿਆ ਮਿਲ ਰਿਹਾ ਹੈ, ਸਾਡੇ ਤੋਂ ਕੋਈ ਵੀ ਕੁਝ ਨਹੀਂ ਖੋ ਰਿਹਾ। ਤਾਂ ਇਸ ਕਰਕੇ ਆਪਾਂ ਉਹਦੇ ਨਾਲ ਸਾੜਾ ਕਿਉਂ ਰੱਖਣਾ, ਕਿਸੇ ਦੇ ਨਾਲ ਈਰਖਾ ਕਿਉਂ ਰੱਖਣੀ, ਕਿਸੇ ਦੇ ਪ੍ਰਤੀ ਮਨ ਵਿੱਚ ਨਫ਼ਰਤ ਕਿਉਂ ਪਾਲਣੀ,
ਕਿਸੇ ਦੇ ਰਾਹ ਦੇ ਰੋੜੇ ਕਿਉਂ ਬਣਨਾ, ਕਿਉਂਕਿ ਜਦੋਂ ਆਪਾਂ ਇਹ ਮਾੜੇ ਕੰਮ ਕਰਦੇ ਹਾਂ ਤਾਂ ਸਾਡੇ ਹੀ ਮਾੜੇ ਲੇਖ ਬਣਦੇ ਆ। ਜੋ ਪਰਮਾਤਮਾ ਨੇ ਕਰਮਾਂ ਦੇ ਵਿੱਚ ਲਿਖ ਕੇ ਭੇਜ ਦਿੱਤਾ ਉਹ ਤਾਂ ਉਹਨੂੰ ਮਿਲ ਕੇ ਹੀ ਰਹੇਗਾ। ਸਾਡੇ ਮਾੜਾ ਸੋਚਿਆ ਮਾੜਾ ਕੀਤਿਆਂ ਕੁਝ ਨਹੀਂ ਹੋ ਸਕਦਾ।